एक पासे जिथे कोरोना वायरस के मद्देनज़र जलंधर शहर में करफ्यू लगा होया है, उत्थे ही बीती रात एक अजिही खबर आई जिसने सानू हैरान करके रख दिता। दरअसल करफ्यू के दौरान जलंधर वैस्ट के इलाके भारगो कैंप में दो धिर आमो सामने हो गई, जिस तों बाद चली गोली दौरान इलाके में दहशत फैल गई। हालांकि फायरिंग में कोई भी जख्मी नहीं होया। इसकी सूचना मिलदा ही पुलिस ने मौके पर पहुंच के दो व्यक्तियों राउंड अप कर लिया। इस संबंधी थाना मुखी भारगो कैंप सुखदेव सिंह ने दसिया कि गोली चलाने वाले नौजवान का पता लग गया है ते पुलिस ने उसके खिलाफ मामला दर्ज करके अगली कार्रवाई शुरू कर दी है। ਪੂਰੀ ਤਰ੍ਹਾਂ ਨਹੀਂ ਆਈ। ਮੈਂ ਤਾਂ ਆਪਣੇ ਘਰ ਦੇ ਵਿੱਚ ਕੋਠੇ ਦੇ ਉੱਪਰ ਬੈਠਾ ਸੀਗਾ, ਇੱਥੇ ਰੋਲਾ ਪੈ ਰਿਹਾ ਸੀ। ਦੋ ਮੁੰਡੇ ਮੇਰੇ ਦੋਸਤ ਆ, ਰਕੇਸ਼ ਕੁਮਾਰ ਮੇਰਾ ਗੁਆਂਢੀ ਰਹਿੰਦਾ, ਉਹਦੇ ਲੜਕੇ ਗਏ ਆ, ਉਹ ਵੀ ਗਿਆ ਆ ਵੀ ਉੱਥੇ ਗੋਲੀ ਚੱਲ ਪਈ ਆ। ਅਸੀਂ ਆਵਾਜ਼ ਸੁਣ ਕੇ ਅਤੇ ਜਦੋਂ ਲੱਗ ਗਏ ਆਏ ਹਾਂ ਤਾਂ ਇੱਥੇ ਕੁਛ ਮੁੰਡਿਆਂ ਨੇ, ਇੱਕ ਡਾਕਟਰ ਕਹਿੰਦਾ ਮੈਂ ਡਾਕਟਰ ਹਾਂ, ਉਹਨੂੰ ਘੇਰਿਆ ਸੀ, ਉਹਦੇ ਕੋਲ ਪਿਸਟਲ ਸੀ। ਉਹਨਾਂ ਨੇ ਮੁੰਡਿਆਂ ਨੇ ਉਹਦੇ ਕੋਲ ਪਿਸਟਲ ਖੋਲ੍ਹੀ, ਖੋਹ ਕੇ ਨਾ ਅਤੇ ਉਹਨੂੰ ਚਲੋ ਉਹਨਾਂ ਨੇ ਮੁੰਡਿਆਂ ਨੇ ਕਵਰ ਕਰਕੇ ਰੱਖਿਆ ਪੁਲਿਸ ਦੇ ਆਉਣ ਤੱਕ। ਠੀਕ ਹੈ, ਇਹੋ ਗੱਲ ਹੋਈ। ਉਸ ਤੋਂ ਬਾਅਦ ਪੁਲਿਸ ਆਈ ਹੈ, ਪੁਲਿਸ ਨੇ ਉਹਨਾਂ ਨੂੰ ਉਹਦੇ ਰਾਊਂਡਅਪ ਕਰ ਦਿੱਤਾ ਹੈ। ਜਿਹੜੀ ਪਿਸਟਲ ਸੀਗੀ ਉਹ ਮੁੰਡੇ ਰਮਨ ਕੁਮਾਰ ਸੀਗਾ, ਨਾਲ ਇੱਕ ਦੋ ਮੁੰਡਾ ਹੋਰ ਸੀਗਾ, ਉਹਨਾਂ ਨੇ ਉਹਦੀ ਪਿਸਟਲ ਜਿਹੜੀ ਹੈ ਪੁਲਿਸ ਦੇ ਹਵਾਲੇ ਕਰ ਦਿੱਤੀ ਆ। ਅਤੇ ਇਹ ਗੱਲ ਹੋਈ ਕਿ ਉਹਨੇ, ਮੇਰਾ ਖਿਆਲ ਹੈ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗਾ ਡਾਕਟਰ, ਅਤੇ ਉਹ ਦਹਿਸ਼ਤ ਦੇ ਵਿੱਚ ਦਹਿਸ਼ਤ ਫੈਲਾਉਣ ਵਾਸਤੇ ਸ਼ਾਇਦ ਉਹਨੇ ਕੋਈ ਇੱਦਾਂ ਦੀ ਹਰਕਤ ਕੀਤੀ ਕਿ ਜਾਂ। ਕਿੰਨੀ ਗੋਲੀਆਂ ਚੱਲੀਆਂ? ਗੋਲੀਆਂ ਦੋ ਦੀ ਆਵਾਜ਼ ਆਈ ਹੈ ਜੀ ਸਾਨੂੰ। ਅਸੀਂ ਤਾਂ ਆਪਣੇ ਆਪਣੇ ਘਰਾਂ 'ਚ ਸੀਗਾ, ਸ਼ਾਇਦ ਕਦੀ ਹੋਰ ਵੀ ਨਾ ਚੱਲਿਓ ਜਾਂ ਕਾਟੀ। ਡਾਕਟਰ ਦਾ ਨਾਮ ਪਤਾ ਸਰ ਜਿਹਨੇ ਚਲਾਈ? ਸਰ ਅਸੀਂ ਤੁਹਾਨੂੰ ਜਾਣਦੇ ਵੀ ਨਹੀਂ, ਉਹ ਆਪ ਹੀ ਕਹਿ ਰਹੇ ਕਿ ਮੈਂ ਡਾਕਟਰ ਹਾਂ, ਅਸੀਂ ਤੁਹਾਨੂੰ ਕਦੇ ਦੇਖਿਆ ਵੀ ਨਹੀਂ। ਤੁਹਾਡੇ ਭਾਰਗੋ ਏਰੀਆ ਦਾ ਹੀ ਆ ਕਿ ਕਿਤੇ ਬਾਹਰ ਦਾ? ਇਹ ਹੁਣ ਉਹਨੇ ਦੱਸਿਆ ਕਿ ਮੈਂ ਜਬਲੀ ਚੋਕ ਰਹਿੰਦਾ ਵਾਂ, ਪਰ ਹੋ ਸਕਦਾ ਕਿ ਕਿਤੇ ਮੈਨੂੰ ਉਹ ਜਾਣਦਾ ਹੈਗਾ, ਲੇਕਿਨ ਮੈਂ ਨਹੀਂ ਉਹਨੂੰ ਕਿਤੇ ਪਛਾਣਿਆ ਨਾ ਕਦੇ। ਤੁਸੀਂ ਪਹਿਲਾਂ ਕਦੀ ਦੇਖਿਆ ਉਹਨੂੰ? ਨਹੀਂ, ਮੇਰੇ ਦਿਮਾਗ 'ਚ ਨਹੀਂ ਹੈਗਾ ਜੀ, ਮੈਂ ਐਵੇਂ ਕਹਾਂਗਾ ਜੀ। ਹੋ ਸਕਦਾ ਕਿ ਮਿਲਿਆ ਵੀ ਹੋਵੇ, ਲੇਕਿਨ ਮੇਰੇ ਦਿਮਾਗ 'ਚ ਨਹੀਂ ਹੈਗਾ ਕਿ ਉਹਨੂੰ ਮੈਂ ਕਿਤੇ ਦੇਖਿਆ। ਯਾਨੀ ਕਿ ਦੋ ਗੋਲੀਆਂ ਚੱਲੀਆਂ? ਹਾਂ, ਦੋ ਗੋਲੀਆਂ ਦੀ ਆਵਾਜ਼ ਆਈ ਤੇ ਮੈਂ ਅਸੀਂ ਦੌੜ ਕੇ ਆਏ ਹਾਂ ਅਤੇ ਉਹਨੂੰ ਛੜਾਇਆ ਵੀ ਹੈ ਅਤੇ ਪੁਲਿਸ ਨੂੰ ਫੋਨ ਕਰਕੇ ਪੁਲਿਸ ਦੇ ਹਵਾਲੇ ਵੀ ਕੀਤਾ ਆ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੂਰਨ ਚੰਦ ਭਾਰਤੀ ਹੈ ਜੀ, ਮੈਂ ਸ਼ੋਕ ਕਪਰ ਐਸੋਸੀਏਸ਼ਨ ਦਾ ਪ੍ਰਧਾਨ ਹਾਂ। ਪ੍ਰੋਗਰਾਮ 'ਚ ਸਰ ਗੋਲੀ ਚੱਲੀ ਦੇਰ ਰਾਤ, ਸਰ ਉਹਦੇ ਬਾਰੇ ਕੀ ਕਹਿਣਾ ਜੀ? ਰਾਤ ਲੇਟ ਆਵਰ 10:30 ਵਜੇ ਦੇ ਆਸ ਪਾਸ ਸਰ ਸਾਨੂੰ ਪਤਾ ਲੱਗਿਆ ਸੀ ਕਿ ਠੇਕੇ ਵਾਲੀ ਗਲੀ ਭਾਰ ਕੈਂਪ ਵਿੱਚ ਝਗੜਾ ਹੋ ਰਿਹਾ, ਲੋਕ ਇਕੱਠੇ ਹੋਏ ਆ। ਪਤਾ ਲੱਗਣ 'ਤੇ ਇਮੀਡੀਏਟਲੀ ਡਿਊਟੀ ਅਫਸਰ ਨੂੰ ਮੌਕੇ 'ਤੇ ਭੇਜਿਆ, ਮੈਂ ਵੀ ਪਹੁੰਚ ਕੇ ਮੌਕੇ 'ਤੇ ਤਸਦੀਕ ਕੀਤਾ। ਜਿੱਥੇ ਜਾ ਕੇ ਪਤਾ ਲੱਗਿਆ ਕਿ ਡਾਕਟਰ ਅਸ਼ਵਨੀ ਹੈ ਜਿਹੜਾ ਉਸ ਗਲੀ ਦੇ ਵਿੱਚ ਪਹਿਲਾਂ ਵੀ ਸਕੂਟਰ ਮੋਟਰਸਾਈਕਲ ਲਾ ਕੇ ਖੜ੍ਹਦਾ ਸੀਗਾ, ਜਿਹੜਾ ਉਹਨਾਂ ਨੇ ਕਈ ਵਾਰੀ ਇਹਨੂੰ ਕਿਹਾ ਵੀ ਸੀਗਾ ਵੀ ਪਿਛਲੀ ਰਾਤ ਵੀ ਇਹ ਇਸ ਤਰ੍ਹਾਂ ਉੱਥੇ ਖੜ੍ਹਾ ਸੀ। ਉਹ ਨੇਹਾ ਬਹਿਲ ਅਰੋੜਾ, ਪਤਨੀ ਰਮਨ ਅਰੋੜਾ, ਭਾਰਗੋ ਕੈਂਪ ਦੀ ਲੇਡੀ ਹੈਗੀ ਆ, ਆਪਣੀ ਆਪਣੀ ਗੁਆਂਢਣ ਚਾਂਦਨੀ ਅਤੇ ਉਸਦੇ ਪਤੀ ਪ੍ਰਿੰਸ ਦੇ ਨਾਲ ਸੈਰ ਕਰ ਰਹੀ ਸੀ। ਇਹਦਾ ਪਤੀ ਵੀ ਅਗਲੇ ਆਪਣੇ ਘਰ ਦੇ ਲਾਗੇ ਅਗਲੇ ਬੈਂਚਾਂ 'ਤੇ ਬੈਠਾ ਸੀ ਰੋਡ ਦੇ ਉੱਪਰ, ਇਹ ਸੈਰ ਕਰ ਰਹੇ ਸੀ। ਇਸ ਬੰਦੇ ਨੇ ਮੇਰੇ ਡਾਕਟਰ ਸਾਹਿਬ ਨੇ ਅਸ਼ਵਨੀ ਕੁਮਾਰ ਦਾ ਨਾਂ ਆਇਆ, ਡਾਕਟਰ ਆਪਣੇ ਆਪ ਨੂੰ ਦੱਸਿਆ ਇਹਨਾਂ ਨੇ, ਬੀ ਐੱਮ ਐੱਸ ਡਾਕਟਰ ਹੈ, ਇੱਥੇ ਭਾਰਗੋ ਕੈਂਪ ਦਾ ਰਹਿਣ ਵਾਲਾ ਹੈ। ਇਹ ਉੱਥੇ ਬੈਠਾ ਸੀਗਾ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਜਾਪਦਾ ਸੀਗਾ, ਅਕੋਰਡਿੰਗ ਟੂ ਨੇਹਾ ਬਹਿਲ, ਜਿਸਨੇ ਇਹਨਾਂ ਦੇ ਨਾਲ ਓਬਜੈਕਸ਼ਨੇਬਲ ਕਮੈਂਟ ਇਹਨਾਂ ਨੇ ਕੀਤੇ, ਜਿਹੜੇ ਕਿ ਉਹਨਾਂ ਦੀ ਸ਼ਾਨ ਦੇ ਖਿਲਾਫ ਸੀ ਲੇਡੀ ਦੇ, ਜਿਹਦੇ ਬਾਰੇ ਉਹਨਾਂ ਨੇ ਇਹਨੂੰ ਮਨ੍ਹਾ ਕੀਤਾ। ਫਿਰ ਆਪਣੇ ਪਤੀ ਨੂੰ ਦੱਸਿਆ, ਉਹਨਾਂ ਨੇ ਜਾ ਕੇ ਇਹਨੂੰ ਪੁੱਛਿਆ, ਭਾਈ ਸਾਹਿਬ ਦੱਸੋ ਕੀ ਪ੍ਰੋਬਲਮ ਹੈ। ਇਹ ਬੰਦਾ ਉਹਨਾਂ ਦੇ ਨਾਲ ਬੋਲ ਟੂਬੋਲ ਕਰਨ ਲੱਗ ਪਿਆ, ਜਿਸ 'ਤੇ ਇਹਨਾਂ ਦੇ ਆਪਸ ਵਿੱਚ ਸਕਬਲ ਹੋ ਗਈ ਅਤੇ ਸਕਬਲ ਦੇ ਦੌਰਾਨ ਹੋਰ ਵੀ ਲੋਕ ਉੱਥੇ ਇਕੱਠਾ ਹੋ ਗਏ ਪਿੱਛੋਂ, ਅਤੇ ਇਹਨੇ ਇਸ ਅਸ਼ਵਨੀ ਕੁਮਾਰ ਡਾਕਟਰ ਨੇ ਫਾਇਰ ਕਰਕੇ ਸਾਨੂੰ ਤਸਦੀਕ 'ਤੇ ਪਤਾ ਚੱਲਿਆ। ਉੱਥੋਂ ਮੌਕੇ ਤੋਂ ਇਹਨੇ ਦੋ ਫਾਇਰ ਕੀਤੇ ਮੌਕੇ 'ਤੇ, ਅਤੇ ਇਮੀਡੀਏਟਲੀ ਉਹਨਾਂ ਨੇ ਇਹਨੂੰ ਵਿਅਕਤੀਆਂ ਨੇ ਸਕਬਲ ਦੇ ਵਿੱਚ ਇਹਦੀ ਰਿਵਾਲਵਰ ਜਿਹੜੀ ਥੱਲੇ ਡਿੱਗੀ, ਜਿਹੜੀ ਕਿ ਰਮਨ ਕੁਮਾਰ ਅਤੇ ਉਹਦੇ ਪਤੀਆਂ ਦੇ ਮੌਕੇ ਤੋਂ ਕੇਅਰ ਫੁਲੀ ਚੁੱਕ ਲਈ, ਕੱਪੜਾ ਵਗੈਰਾ ਉੱਪਰ ਸਿੱਟ ਕੇ ਉਹਦੇ ਤਰੀਕੇ ਨਾਲ ਅਸੀਂ ਵੈਰੀਫਾਈ ਕੀਤਾ। ਇਹ ਕੋਈ ਲਾਇਸੈਂਸੀ ਰਿਵਾਲਵਰ ਹੈ, ਇੱਕ ਉਹਦਾ ਲਾਇਸੈਂਸ ਹੈਗਾ ਆ, ਇੱਕ ਸਿੰਗਲ ਹੀ ਇਹਦੇ ਕੋਲ ਵੈਪਨ ਹੈ, ਰਿਵਾਲਵਰ ਹੀ ਹੈ ਲਾਇਸੈਂਸ ਦੇ ਮੁਤਾਬਕ, ਅਤੇ ਇਹੀ ਵੈਪਨ ਹੈ ਜਿਹੜਾ ਅਸੀਂ ਜ਼ਬਤ ਕਰ ਲਿਆ ਹੈ, ਇਹਦਾ ਲਾਇਸੈਂਸ ਵੀ ਅਸੀਂ ਕਬਜ਼ੇ 'ਚ ਲੈ ਲਿਆ ਹੈ। ਅਤੇ ਅੱਗੇ ਫਰਦਰ ਜਿਹੜੇ ਆ ਅਕੋਰਡਿੰਗ ਟੂ ਲੋਅ ਜਿਹੜੀ ਕਾਰਵਾਈ ਬਣਦੀ ਆ ਉਹ ਕਰਾਂਗੇ। ਸਰ ਕੀ ਕਾਰਵਾਈ ਕੀਤੀ ਗਈ? ਸਰਵੇ 'ਤੇ ਉਹਨਾਂ ਦੀ ਮੋਡੈਸਟੀ ਨੂੰ ਡਿਸਟਰਬ ਕਰਨ ਦਾ, ਮੋਡੈਸਟੀ ਭੰਗ ਕਰਨ ਦਾ, ਪਲੱਸ ਫਾਇਰ ਕਰਨ ਦਾ ਜਿਹੜਾ ਇਲੀਗਲ ਤਰੀਕੇ ਨਾਲ ਉਹਨਾਂ ਧਰਾਵਾਂ ਦੇ ਤਹਿਤ ਅਤੇ ਪਰਚਾ ਦਰਜ ਕੀਤਾ ਹੈ 336/25/27/57/53 ਔਰ ਕਰਫਿਊ ਦੇ ਦੌਰਾਨ ਉਹਦੀ ਜਿਹੜੀ ਆ ਮੈਨੇਜਮੈਂਟ ਨੂੰ ਖਰਾਬ ਕਰਨ ਦਾ, ਉਹ ਸਾਰੇ ਧਰਾਵਾਂ ਦੇ ਤਹਿਤ ਡਿਜ਼ਾਸਟਰ ਮੈਨੇਜਮੈਂਟ ਐਕਟ ਐਂਡ
एपीडेमिक डिसीज एक्ट 188 IPC के तहत इतने मुकदमा दर्ज करके अरैसट कर लिया मुकदमे से जिन्होंने अब पेश अदालत किया जा रहा है। पेश अदालत करके अगर फर्दर इसमें जो तकलीफ सी बाकी वो इन जुडिशियल पर जल्दी से रिक्वेस्ट कोर्ट में की है। अगर कोर्ट की हो गया।